कथा लहर में तारण हाए। दीन दयाल मूर्ख प्रभु पूरन छिन छिन सिमरो अगम Why do you?
राख मेरे पीठ ला
ਭਰਿਆ ਸੂ। ਇਸ ਇੱਛਾ ਨਾਲ ਬਈ ਵੱਡਾ ਨਫਾ ਹੋਵੇਗਾ। ਜਾ ਰਿਹਾ ਹੈ ਸਮੁੰਦਰ ਸਾਗਰ, ਜਹਾਜ਼ ਜਾ ਰਿਹਾ ਹੈ ਸਾਗਰ ਦੇ ਵਿੱਚ, ਅੰਮ੍ਰਿਤ ਵੇਲਾ ਹੈ। ਮੱਖਣ ਸ਼ਾਹ ਲਬਾਣਾ ਇੱਕ ਕਮਰੇ ਦੇ ਵਿੱਚ ਸਾਹਮਣੇ ਆਸਣ ਲਾਇਆ ਸੂ ਤੇ ਆਸਣ ਦੇ ਸਾਹਮਣੇ ਬਹਿ ਕੇ ਮੱਖਣ ਸ਼ਾਹ ਕੀਰਤਨ ਪਿਆ ਕਰਦਾ ਹੈ। ਧੰਨ ਹੈ ਮੱਖਣ ਸ਼ਾਹ, ਲੱਖਾਂ ਤੇ ਕਰੋੜਾਂ ਦਾ ਮਾਲਕ ਹੈ, ਪਰ ਫੇਰ ਫੇਰ ਕਿਤਨਾ ਪਿਆਰ ਹੈ ਕੀਰਤਨ ਦੇ ਨਾਲ। ਕੀਰਤਨ ਸਾਈਂ ਦੀ ਦਾਤ ਹੈ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਕੀਰਤਨ ਨੂੰ ਕਿਤਨੀ ਮਹੱਤਤਾ ਦਿੱਤੀ ਹੈ। ਮੈਂ ਤੇ ਆਪ ਕਿਸੇ ਵੇਲੇ ਸੋਚਣਾ ਹਾਂ, ਜੇ ਸਾਈਂ ਮੈਨੂੰ ਕੀਰਤਨ ਨਾ ਦਿੰਦਾ ਤੇ ਬਾਬੇ ਆਨੰਦ ਸਿੰਘ ਦੇ ਚਰਨਾਂ ਵਿੱਚ ਥਾਂ ਕਿੱਥੋਂ ਮਿਲਣੀ ਸੀ? ਮੇਰੇ ਵਰਗੇ ਅਨੇਕ ਗਲੀਆਂ ਵਿੱਚ ਪੈ ਫਿਰਦੇ ਸਨ, ਕੌਣ ਪੁੱਛਦਾ? ਸੱਚੇ ਕੀਰਤਨ ਦੇ ਬਾਬਾ ਜੀ ਦੇ ਚਰਨਾਂ ਵਿੱਚ ਥਾਂ ਮਿਲੀ। ਇਹ ਵੀ ਜਿਹੜੇ ਰੰਗ ਲੱਗ ਰਹੇ ਹਨ ਉਹ ਸਮੇਂ ਤੋਂ ਰੰਗ ਲਏ ਹਨ, ਤੇ ਕਿੱਥੇ ਮੈਂ ਕਿੱਥੇ ਉਹ ਪਾਤਸ਼ਾਹ? ਦੀਨ ਦੁਨੀਆਂ ਦੇ ਮਾਲਕ ਬਾਬਾ ਆਨੰਦ ਸਿੰਘ ਜੀ ਕੀਰਤਨ ਦੇ ਸਦਕੇ ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ। ਇਹ ਗੁਣ ਕੌਣ ਗਾਵੇ? ਸਾਹਿਬ ਕਹਿੰਦੇ ਨੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ ਇੱਥੇ ਹੀ ਬਸ ਨਹੀਂ, ਅਖੇ ਸੋ ਸੁਖੀਆ ਧਨ ਉਸ ਜਨਮਾ। ਕਿਸੇ ਲੱਖਪਤੀ ਨੂੰ ਧਨ ਨਹੀਂ ਆਖਿਆ, ਕਿਸੇ ਕਰੋੜਪਤੀ ਨੂੰ ਧਨ ਨਹੀਂ ਆਖਿਆ, ਧਨ ਕਿਸ ਨੂੰ ਆਖਿਆ ਹੈ? ਜਿਸਨੇ ਸਾਈਂ ਦੇ ਗੁਣ ਗਾਏ ਹਨ ਤੇ ਉਹ ਸਦਾ ਸੁਖੀ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ ਅਖੇ ਸੋ ਸੁਖੀਆ ਧਨ ਉਸ ਜਨਮਾ, ਜਨ ਨਾਨਕ ਤਿਸ ਬਲਿਹਾਰੀ। ਮੇਰੇ ਬਾਬਾ ਜੀ ਕੀਰਤਨੀਏ ਦੇ ਨਾਲ ਬਹੁਤ ਪਿਆਰ ਕਰਦੇ ਸਨ। ਕੋਈ ਕੀਰਤਨੀਆ ਆ ਜਾਵੇ ਬਾਬਾ ਜੀ ਸਿਰ ਤੇ ਚੁੱਕ ਲੈਂਦੇ ਸਨ, ਕੀਰਤਨ ਸੁਣਨਾ ਤੇ ਫਿਰ ਕਿੰਨੇ ਪਦਾਰਥ ਦੇਣੇ, ਜੋੜੀਆਂ ਭਰ ਦੇਣੀਆਂ ਸਦਕੇ ਕੀਰਤਨ ਦੇ। ਉਹ ਕੀਰਤਨੀਆ ਤੂੰ ਮੈਨੂੰ ਜੋੜਿਆ, ਪ੍ਰੇਮੀ ਆਇਆ ਇਕੱਲਾ ਬਾਬਾ ਜੀ ਦੇ ਚਰਨਾਂ ਵਿੱਚ। ਸ਼ਾਮਾਂ ਦਾ ਵਕਤ ਸੀ, ਬਾਬਾ ਜੀ ਦੀ ਨਜ਼ਰ ਪਈ ਤੇ ਕਹਿਣ ਲੱਗੇ, ਕਿੱਥੋਂ ਆਇਆ ਜੀ? ਮੈਂ ਲੁਧਿਆਣੇ ਦੇ ਕੋਲੋਂ ਆਇਆ ਹਾਂ, ਕੀ ਕਰਨਾ? ਕਿ ਮਹਾਰਾਜ ਕਾਰ ਵਿਹਾਰ ਵੀ ਕਰਨਾ ਤੇ ਨਾਲ ਕੀਰਤਨ ਵੀ ਕਰਨਾ। ਫਿਰ ਸੁਣਾ ਕੀਰਤਨ। ਉਹਨੇ ਧਾਰਨਾ ਲਾਈ, ਤੈਨੂੰ ਬਖਸ਼ਣ ਹਾਰਾ ਆਖਦੇ ਦਾਤਾ ਬਖਸ਼ ਲੈ। ਬਸ ਜਿਸ ਵੇਲੇ ਧਾਰਨਾ ਲਾਈ ਤੇ ਬਾਬਾ ਜੀ ਨੇ ਬਿਰਾਗਨ ਚੁੱਕ ਲਈ, ਫਿਰ ਝੂਲਦੇ ਰਹਿ ਬਿਰਾਗਨ ਦੇ ਉੱਤੇ। ਜਿਸ ਵੇਲੇ ਭੋਗ ਪਿਆ ਤੇ ਬਾਬਾ ਜੀ ਨੇ ਮਿਹਰ ਦੀ ਨਜ਼ਰ ਨਾਲ ਤੱਕਿਆ, ਕਹਿਣ ਲੱਗੇ, ਮੰਗ ਤੈਨੂੰ ਕੀ ਦਈਏ, ਤੂੰ ਸਾਨੂੰ ਜੋੜਿਆ ਹੈ। ਪਤਾ ਨਹੀਂ ਉਸ ਕਿਸ ਮਨ ਨਾਲ ਉਸਨੇ ਕੀਰਤਨ ਕੀਤਾ। ਬਾਬਾ ਜੀ ਨੇ ਵੱਡੀਆਂ ਖੁਸ਼ੀਆਂ ਦਿੱਤੀਆਂ, ਜੋੜੀਆਂ ਭਰ ਦਿੱਤੀਆਂ। ਉਹ ਤੇ ਅਗਲੇ ਦਿਨ ਚਲਾ ਗਿਆ। ਤਿੰਨ ਚਾਰ ਦਿਨ ਬਾਅਦ ਮੇਰੀ ਵਾਰੀ ਸੀ ਰਾਜ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਦੀ। ਮੈਂ ਸੋਚਿਆ ਵੀ ਮੈਂ ਵੀ ਉਹੀ ਉਹ ਧਾਰਨਾ ਲਾਵਾਂ, ਕਿਉਂਕਿ ਬਾਬਾ ਜੀ ਨੇ ਉਸੇ ਵੇਲੇ ਬਿਰਾਗਨ ਚੁੱਕ ਲਈ ਸੀ, ਜੂਲਦੇ ਸਨ ਕੀਰਤਨ ਦੇ ਵਿੱਚ। ਮੈਂ ਜਿਸ ਵੇਲੇ ਧਾਰਨਾ ਲਾਈ, ਤੈਨੂੰ ਬਖਸ਼ਣ ਹਾਰਾ ਆਖਦੇ ਦਾਤਾ ਬਖਸ਼ ਲੈ, ਤੇ ਬਾਬਾ ਜੀ ਨੇ ਤਿੱਖੀ ਨਜ਼ਰ ਨਾਲ ਮੇਰੇ ਵੱਲ ਤੱਕਿਆ ਤੇ ਕਹਿਣ ਲੱਗੇ, ਭਾਈ ਜੀ ਭਾਈ ਜੀ, ਖਾਣੇ ਛੋਲੇ ਤੇ ਡਿਕਾਰ ਲੈਣੇ ਜਲੇਬੀਆਂ ਦੇ। ਉਹ ਪਤਾ ਨਹੀਂ ਕਿਸ ਰੰਗ ਵਿੱਚ ਪੜ ਗਿਆ ਸੀ। ਜਰਾ ਤੂੰ ਵੀ ਹਮੇ ਨਹੀਂ ਸਨ ਆਣ ਦਿੰਦੇ, ਐਨ ਲਾਹ ਕੇ ਰੱਖ ਦਿੰਦੇ ਸਨ, ਧੋ ਦਿੰਦੇ ਸਨ।
मैं फिर होर धारणा बदली। ये भी मेरे मन का एक मान लाना सी। कुछ दिन बाद फिर मैं कीर्तन करन लगा, धारणा लाई तो बाबा जी कहन लगे होर धारणा ला, किनिया धारणा बदलिया। बाबा जी कहन लगे भाई जी तेनू अज की हो गया है, वो कोई कम का कीर्तन कर, कोई ऐसा कीर्तन करके मन जुड़ जावे, ते आपे ही आखन लगे वो धारणा ला दे तेनू बख्शन हारा आखते। ऐसा महापुरख सी तो उना दी होंदिया उना दे चरणा विच जेड़े कीर्तन कीते हन अज भाग लग रहे हैं ते उसनू लग रहे हैं। कीर्तन दे बड़े आशिक सन, कीर्तन दे बड़े प्यारे सन। तो कीर्तन एवें नहीं मिलता जिन्ना चिर साईं दी कृपा ना होवे, बख्शिश ना होवे। इस वास्ते ते मैं बेनती करना बाबा जी ए कीर्तन दी खैर मेरी झोली विच पाई रखी, इस घर विच कीर्तन दा दीवा जगदा रवे। तेरे अगे बह के ए बच्चे भी तेनू कीर्तन सुनान, तुसी कीर्तन दे प्यारे हो। जिवें मक्खन शाह डबाणा सामने आसन लाया सु, आसन दे सामने बह के ते मक्खन शाह डबाणा, अमृत वेला है झूम झूम के ते पिया पड़दा है। तार तारन घबराई हुई आवाज आई, त्रमक के अखां खोलियां, ये वेखी वेख्या के सामने मलाह खड़ोते हैं, अखां विच हंजू हैं, मालिक जहाज डोल गया है, बेड़ा आन डुलाया पौन, डुबदे ताई रखे कौन।
मालिक बड़े यत्न कीते हैं पर साड़ी कोई पेश नहीं पी जाती क्योंकि हवा मुखालिफ है। उनते सारे दिया कबरां इस जल दे विच ही बनन गियां। मालिक कोई गुर पीर है तो उसनू याद करो। मेरा गुरु गुरुआ दा गुरु गुरु नानक सच्चा पातशाह। ता मक्खन शाह डबाणे ने आख्या भी सारे हीले ते यतन छड़ देवो। आप गुरु नानक पास आगे मिलके सारे अरदास करिए। मक्खन शाह डबाणे ने घर विच पाया पल्ला हथ जोड़े अगे अगे मक्खन शाह डबाणा ते पिछे पिछे सारे मलां अरदास कर रहे हैं ते की पै आखदे हैं पै आखदे पेड़ा हो पार करी गुरु संगतां दे तार सिदक डोल रहा है। साड़ी हालत की है कि सतगुरु साहेब छड़ के ते मनमुख होए बंदे दा बंदा। असी गुरु नू छड़ के ते होना पिछे बजे फिर दे हां। बाबा जी आंदे सन सोनी रोज तरदी सी कच्चे घड़े ते
झूम के सुनाउंदे सन मेरे मालिक बाबा जी। कभी ख्याल ही नहीं आया भाई ये कच्चा है कि पक्का है। जेड़ा हाथ में घड़ा आया लै के ठिल पई कुदरती आ गया कच्चा हाथ विच। कदी कच्चे घड़े भी पार होयान पानी विच, पर सोनी दा नियम सी जाके मिलती सी मई वाल। एक दिन दार ही जा रही आदि विचकार जिस वेले ख्याल आया तो पतिया पति दा दुनिया तो भाल के लबा सी पर अख विच त्रिण है। मई वाल दी अख विच खोला सी जिस वेले ख्याल आया ते घड़े नू पै गया शेक ते सोनी डुबन लगी। घड़िया तेनू अज की हो गया, मैं तेरे ते रोज तरदी सा। तविचो आवाज आई सोनी है तेनू कच्चा घड़ा ते नहीं सी पार करदा, तेनू तेरा सिदक पार करदा सी, पर अज तेरे सिदक विच छेक पै गया है। ओ सोनी जेड़ी रोज तरदी सी उस दिन शव सागर विच डुब के मर गई। बाबा जी आंदे सन सिख होवे गुरु ग्रंथ साहिब पातशाह दा ते गुरु ग्रंथ साहिब नूं छड़ के होर किसे अगे जा के झोली पसारे, ए झोली कदी भी नहीं भर सकदी। ए झोली जदों भी भरेगी अपने गुरु कोलों भरेगी, संगत महापुरख दी ते गुरु साडा गुरु ग्रंथ साहिब है। गुरु ग्रंथ साहिब तो बिना होर कोई गुरु नहीं हो सकदा। उस महापुरख की संगत करनी है जेड़ा तेनू गुरु नाल जोड़ देवे। ये गुरु नालो तोड़ के ते अपने नाल जोड़ दे, उस महापुरख की भी सानू कोई लोड़ नहीं। पर ऐ जेड़ा समा जा रहा है, बाबा जी आखदे सन समा आवेगा ये बंदा छे छे गुरु धारण करेगा, फिर भी इसकी झोली भर नहीं सकती। जिथो झोली भरनी सी वो थां छड़ बैठा। हजूर कलगी दरबार साखियां के घर घर होए बहेंगे रामा, घर घर विच राम बन के बैठनगे, पर नाल ही कलगी दरबार साखियां के तांते एक न सरी कामा। घर घर विच राम बन के बैठनगे। धन बाबा आनंद सिंह जी जो आप जुड़े सन गुरु ग्रंथ साहिब पातशाह दे नाल, ते जो कोई आंदा सी उनु गुरु ग्रंथ साहिब दे नाल जोड़ दे सन, नित नेम नाल जोड़ दे सन।